ਹਾਂਜੀ ਕਿਦਾਂ ਸਾਰੇ ਤੇ ਵੀਡੀਓ ਆ ਜੀ ਇੱਕ ਵੀਡੀਓ ਸ਼ੇਅਰ ਚਲਦੀ ਚਲਦੀ ਕਰ ਦਿਓ ਤੇ ਬਾਅਦ ਚ ਰਸੀਕਰਈ ਦੇਣੀ ਆ ਸਾਰਿਆਂ ਦੀ ਕੰਮ ਦੀ ਵੀਡੀਓ ਆ ਪਤਾ ਕੀ ਚੱਕਰ ਆ ਮੈਨੂੰ ਬੜੇ ਮਤਲਬ ਵੀ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਇਆ ਹਨਾ ਮੈਸੇਜ ਵੀ ਆਇਆ ਵੀ ਬਾਈ ਬੱਬੂ ਮਾਨ ਭਾਈ ਦਾ ਗਾਣਾ ਆਇਆ ਉਹਦੀ ਵਿਆਖਿਆ ਕਰੋ ਯਾਰ ਜੇ ਮੈਂ ਵਿਆਖਿਆ ਕਰਤੀ ਤਾਂ ਹਨਾ ਤੁਹਾਨੂੰ ਪਤਾ ਰੋਸ ਜਾਣਾ ਕਈਆਂ ਨੇ ਮੈਂ ਵਿਆਖਿਆ ਕਿਸੇ ਦਾ ਨਾਮ ਲੈ ਕੇ ਨਹੀਂ ਕਰਨੀ ਮੈਂ ਤੁਹਾਨੂੰ ਹੋਰ ਨੌਲੇਜ ਦੀ ਗੱਲ ਦੇ ਨਾਲ ਵਿਆਖਿਆ ਕਰ ਦਿਨਾ ਸਾਨੂੰ ਸਾਡੇ ਆਮ ਲੋਕਾਂ 'ਚ ਇਹ ਸਮਝਿਆ ਜਾਂਦਾ ਵੀ ਜਿਹੜੇ ਹਿਰੋਸ਼ੀਮਾ ਨਾਗਾਸਾਕੀ ਤੇ ਬੰਬ ਸੁੱਟੇ ਗਏ ਉਹ ਹੀ ਦੁਨੀਆ ਦੇ ਸਭ ਤੋਂ ਖਤਰਨਾਕ ਬੰਬ ਆ ਹਨਾ ਇਸ ਤਰ੍ਹਾਂ ਹੀ ਜੋ ਅੱਜ ਕੱਲ ਜਿਹੜੀ ਨਵੀਂ ਯੂਥ ਆ ਹਨਾ ਨਵਾਂ ਮਤਲਬ ਮੁੰਡੇ ਆ ਉਹਨਾਂ ਨੂੰ ਲੱਗਦਾ ਜਿਹੜੇ ਦੋ ਗਾਇਕ ਜਿਨ੍ਹਾਂ ਦੇ ਉਹ ਪ੍ਰਸ਼ੰਸਕ ਆ ਵੀ ਉਹੀ ਆ ਵੀ ਸਾਰਾ ਕੁਝ ਹੋਰ ਤਾਂ ਦੁਨੀਆ ਤੇ ਕੁਝ ਹੈ ਹੀ ਨਹੀਂ ਫੇ ਉਹੀ ਤੁਹਾਨੂੰ ਦਿਖਾਉਨੇ ਆ ਬਾਈ ਦੁਨੀਆ ਪਰੇ ਤੋਂ ਪਰੇ ਲੋਕ ਖਰੇ ਤੋਂ ਖਰੇ ਆ ਆ ਜੀ ਹਿਰੋਸ਼ੀਮਾ ਨਾਗਾਸਾਕੀ ਦੇ ਜਿਹੜੇ ਬੰਬ ਸੁੱਟੇ ਗਏ ਸੀ ਤੇ ਉਹਨਾਂ ਦਾ ਕੀ ਹਿਸਾਬ ਸੀ ਹੈਨਾ ਆ ਦੇਖੋ ਪਤਾ ਹੈ ਨਾ ਜਦੋਂ ਉਹਨਾਂ ਦਾ ਧਮਾਕਾ ਕੀਤਾ ਗਿਆ ਵੀ ਕਿੱਥੇ ਤੱਕ ਉਹਨਾਂ ਦਾ ਹਾਜੂ ਤੂਆਂ ਉੱਡਿਆ ਹੈਨਾ ਤੇ ਆ ਹੈਗੀ ਮਾਊਂਟ ਐਵਰੇਜ ਦੀ ਉਚਾਈ ਹਿਰੋਸ਼ੀਮਾ ਨਾਗਾਸਾਕੀ ਵਾਲਿਆਂ ਦਾ ਧੂਆਂ ਮਾਊਂਟ ਐਵਰੇਜ ਤੱਕ ਗਿਆ ਸੀ ਤੁਹਾਨੂੰ ਦਿਖਾਉਣਾ ਵੀ ਦੁਨੀਆ ਦਾ ਸਭ ਤੋਂ ਵੱਡਾ ਬੰਬ ਕਿਹੜਾ ਆ ਤੇ ਹੈਨਾ ਫਿਰ ਤੇ ਇਹ ਜੀ ਦਿੱਤ ਤੋਂ ਬਾਅਦ ਇੱਕ ਫਰਾਂਸ ਵਾਲਿਆਂ ਨੇ ਕੋਈ ਕੀਤਾ ਸੀ ਉਹ ਕਿੰਨਾ ਗਿਆ ਸੀ ਜਿਹੜਾ ਐਵਰੇਜ ਕਮਰਸ਼ੀਅਲ ਆਪਣਾ ਪਲੇਨ ਉੱਡਦਾ ਆ ਉਹ ਕਿੰਨੀ ਚਾਈ ਤੇ ਉੱਡਦਾ ਹੈਨਾ ਇਹ ਦੇਖ ਸਕਦੇ ਸਾਰਾ ਕੁਝ ਲਿਖਿਆ ਹੈ ਨਾ 40000 ਫੁੱਟ ਤੇ ਉੱਡਦਾ ਜੋ ਵੀ ਹੈ ਨਾ ਮਾਉਂਟ ਐਬਰਹਟ ਦੀ ਉਚਾਈ ਹੈ ਨਾ ਜੋ ਵੀ ਆ ਤੇ ਇਹ ਫੇਰ ਕੀਤਾ ਸੀ ਅਮਰੀਕਾ ਵਾਲਿਆਂ ਨੇ ਹਨਾ 1951 ਚ ਤੇ ਇਹ ਨਾਲ ਬਾਰੇ ਸਾਨੂੰ ਇਹਨਾਂ ਰੋਲਾ ਨਹੀਂ ਪਿਆ ਸਾਨੂੰ ਦੱਸਿਆ ਨਹੀਂ ਗਿਆ ਸਾਨੂੰ ਤਾਂ ਇਹੀ ਪਤਾ ਬਾਈ ਹਿਰੋਸ਼ਿਮਾ ਨਾਗਾਸਾਕੀ ਤੇ ਬੰਬ ਦੁਨੀਆ ਦੇ ਸਭ ਤੋਂ ਖਤਰਨਾਕ ਬੰਬ ਪਿਆ ਤੇ ਉਹੀ ਆਪਾਂ ਗਾਂ ਦੀ ਗਾਂ ਦੱਸੀ ਜਾਂਦੇ ਆ ਪਰ ਬੰਬ ਪਤਾ ਹੈ ਭਾਈ ਆ ਸੀ ਤਸਾਰ ਬੰਬ ਰਸ਼ੀਆ ਵਾਲਿਆਂ ਨੇ 1961 ਚ ਕੀਤਾ ਸੀ ਜਿਹੜੇ ਦੋ ਪਲੇਨਾਂ ਨੇ ਬੰਬ ਸਿੱਟਿਆ ਸੀ ਮਤਲਬ ਇਹ ਕਿਸੇ ਨੂੰ ਮਾਰਨ ਲਈ ਨਹੀਂ ਸਿੱਟਿਆ ਮਤਲਬ ਪਰ ਜੋਗ ਹੀ ਕੀਤਾ ਸੀਗਾ ਪਈ ਉਹ ਪਲੇਨ ਵੀ 50 ਕਿਲੋਮੀਟਰ ਦੂਰ ਚੱਲ ਗਿਆ ਸੀ ਤਾਂ ਵੀ ਉਹ ਡਾਮਾ ਡੋਲ ਹੋ ਗਿਆ ਸੀ ਇੰਨਾ ਖਤਰ ਪਈ ਤੁਹਾਨੂੰ ਪੰਜਾਬੀ ਜੀ ਸਮਝਾ ਦਵਾ ਹਿਰੋਸ਼ੀਮਾ ਨਾਗਾਸਾਕੀ ਦੇ ਬੰਬ ਸਭ ਤੋਂ ਖਤਰਨਾਕ ਬੰਬ ਕਹੇ ਜਾਂਦੇ ਇਹਨਾਂ ਦੋਨਾਂ ਬੰਬਾਂ ਤੋਂ ਵੀ ਦੋਨਾਂ ਬੰਬਾਂ ਦੀ ਜਿੰਨੀ ਸ਼ਕਤੀ ਸੀ ਉਹਨਾਂ ਦੋਨਾਂ ਬੰਬਾਂ ਤੋਂ ਵੀ 1500 ਜ਼ਿਆਦਾ ਇਹ ਖਤਰਨਾਕ ਸੀ 1500 ਤੇ ਹੋਰ ਇੱਕ ਤੁਹਾਨੂੰ ਸਪਸ਼ਟੇ ਸ਼ਬਦਾਂ 'ਚ ਸਮਝਾ ਦਵਾਂ ਬਲਡ ਵਾਰ 2 'ਚ ਜਿੰਨੇ ਬੰਬ ਸਿੱਟੇ ਗਏ ਗਿਣ ਲਓ ਕਿੰਨੇ ਬੰਬ ਸਿੱਟੇ ਗਏ ਬਲਡ ਵਾਰ 2 'ਚ ਉਹਨਾਂ ਤੋਂ ਵੀ 10 ਗੁਣਾ ਜ਼ਿਆਦਾ ਖਤਰਨਾਕ ਸੀ ਇਹ ਬੰਬ ਰਸ਼ੀਆ ਦਾ 1961 ਕੀ ਦਾ ਪ੍ਰਯੋਗ ਕੀਤਾ ਗਿਆ ਕਿਸੇ ਨੂੰ ਮਾਰਨ ਲਈ ਨਹੀਂ ਹਨਾ ਕੀਤਾ ਗਿਆ ਵੀ ਕਹਿਣ ਦਾ ਮਤਲਬ ਇਹ ਤੁਹਾਨੂੰ ਮੈਂ ਉਹ ਗੰਦੀ ਵਿਆਖਿਆ ਨਹੀਂ ਕਰਨੀ ਫਿਰ ਹੋਰ ਗਾਇਕਾਂ ਦੇ ਪ੍ਰਚਾਰਕ ਰੋਸ ਜਾਂਦੇ ਆ ਹਨਾ ਵੀ ਆਪਾਂ ਕਹਿੰ ਨੂੰ ਰਸੋਣੇ ਪ੍ਰਭੂ ਨਾ ਆਪਾਂ ਕਿਸੇ ਦਾ ਲੈਣਾ ਨਹੀਂ ਤੁਹਾਨੂੰ ਸਿੱਧੀ ਸਪਸ਼ਟ ਭਾਸ਼ਾ 'ਚ ਸਮਝਾ ਦਿੰਨਾ ਪਈ ਤੁਹਾਨੂੰ ਇਹ ਲੱਗਦਾ ਵੀ ਇਹ ਜਿਹੜੇ ਗਾਣੇ ਆਉਂਦੇ ਆ ਵੀ ਇਹੀ ਸਾਰਾ ਕੁਝ ਆ ਹਨਾ ਫਿਰ ਬੰਬ ਤਾਂ ਫਿਰ ਵੱਡੇ ਸੱਟ ਨਾਲੇ ਹੋ ਰਹੀ ਆ ਤੇ ਬਸ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਨਾਲੇ ਕੰਮ ਦੀ ਗੱਲ ਸਮਝਾਉਂਦੀ ਨਾਲੇ ਸਮਝ ਜਿਓ ਹਨਾ ਵੀ ਬੰਬ ਜਿਹੜੇ ਸੱਟਦੇ ਆ ਪਈ ਹਨਾ ਇੱਕ ਵਾਰੀ ਫਿਰ ਧਮਾਕਾ ਕਰਨ ਵਾਲੇ ਹੋរី ਲੋਕ ਹੁੰਦੇ ਆ ਤੇ ਹੁਣ ਸਮਝ ਜਿਓ ਤੇ ਅੱਗੇ ਆਉਣੇ ਆ ਫਿਰ ਇਹ ਸੀ ਜੀ ਤੂ ਜਾਂ ਤੂ ਕਹ ਦੋ ਟੀ ਜੂ ਤੂ 95 ਪਲੇਨ ਸੀ ਰਸ਼ੀਆ ਦਾ ਇਹਨੂੰ ਸਪੈਸ਼ਲੀ ਬਣਾਇਆ ਗਿਆ ਸੀ ਬੰਬ ਨੂੰ ਲਿਜਾਣ ਲਈ ਕਿਉਂਕਿ 27 ਮੀਟਰ ਇੱਕ ਟਨ ਭਾਰਾ ਸੀ 27 ਭਾਰਾਈ ਵੜਾ ਸੀ ਕਿਸੇ ਪਲੇਨ ਚ ਜਾ ਨਹੀਂ ਸੀ ਰਿਆ ਸਪੈਸ਼ਲ ਮੋਡੀਫਾਈ ਕੀਤਾ ਇਸ ਤੂ 95 ਨੂੰ ਹਨਾ ਰਸ਼ੀਆ ਵਾਲਾ ਦੇਖੋ ਪਲੇਨ ਕਿਦਾਂ ਦਾ ਬੜਾ ਹੀ ਅਜੀਬ ਜਿਹਾ ਆਇਆ ਹਨਾ ਤੇ ਇਹਨੂੰ ਕੀਤਾ ਗਿਆ ਤੇ ਇਹ ਨਾਲ ਤੂ 16 ਇਹ ਦੋ ਪਲੇਨ ਗਏ ਸੀ ਇਹ ਗਿਆ ਸੀ ਤਸਵੀਰਾਂ ਖਿੱਚਣ ਹਨਾ ਤੇ ਇਹ ਵੀ ਰਸ਼ੀਆ ਦਾ ਹੀ ਆ ਤੂ 16 ਤੇ ਹੋਰ ਦਿਖਾਉਣਾ ਜਦੋਂ ਨਹੀਂ ਬੰਬ ਸਿੱਟੇ ਸਿੱਧਾ ਹੀ ਧੜਮ ਦੇਣੀ ਨਹੀਂ ਅਗੇ ਧਰਤੀ ਦੇ ਡੇਪੇ ਪੈਰਾਸ਼ੂਟ ਓਪਨ ਹੋਣੀ ਸੀ ਹੈਨਾ ਇਸ ਤਰ੍ਹਾਂ ਮਤਲਬ ਇਹ ਪੈਰਾਸ਼ੂਟ ਜਿੱਦਾਂ ਤੁਹਾਨੂੰ ਤਸਵੀਰ ਦਿਖਾਈ ਆ ਵੀ ਇਦਾਂ ਪੈਰਾਸ਼ੂਟ 'ਚ ਬੰਬ ਸੀ ਉੱਤੋਂ ਸਿੱਟਿਆ ਕਾਫੀ ਉਚਾਈ ਤੋਂ ਜਾ ਕੇ ਤੇ ਹੌਲੀ ਹੌਲੀ ਪੈਰਾਸ਼ੂਟ ਦੇ ਨਾਲ ਜਦੋਂ ਥੱਲੇ ਆ ਕੇ ਡਿਗਿਆ ਤੇ 50 60 ਕਿਲੋਮੀਟਰ ਦੋਏ ਪਲੇਨ ਦੂਰ ਜਾ ਚੁੱਕੇ ਸੀ ਪਰ ਧੁਮਾਕਾ ਇੰਨਾ ਖਤਰਨਾਕ ਸੀ 100 200 ਕਿਲੋਮੀਟਰ ਦੂਰ ਕਿਤੇ ਕੋਈ ਘਰ ਸੀ ਹੈਨਾ ਵੀ ਉਹ ਯਾਰ ਇਲਾਕੇ ਚ ਸਿੱਟਿਆ ਸੀ ਰਸ਼ੀਆ ਨੇ ਆਪਣੇ ਦੇਸ਼ ਚ ਸਿੱਟਿਆ ਸੀ ਵੀ ਕਿਤੇ ਹੋਰ ਤਾਂ ਸਿੱਟਿਆ ਨਹੀਂ ਸੀ ਦੂਰ ਕਿਤੇ ਕੋਈ ਰਹਿੰਦਾ ਨਹੀਂ ਸੀ ਜਿੱਥੇ ਪਰ ਤਾਂ ਵੀ 100 200 ਕਿਲੋਮੀਟਰ ਲੋਕਾਂ ਦੇ ਘਰ ਤਬਾਹਤ ਹੋ ਗਿਆ ਸੀ ਹੈਨਾ ਸ਼ੀਸ਼ੇ ਛੂਸ਼ੇ ਸਾਰਾ ਕੁਝ ਹੈਨਾ ਤੇ ਇਸ ਦਾ ਧੁਮਾਕਾ ਹਜ਼ਾਰ ਕਿਲੋਮੀਟਰ ਦੂਰ ਤੋਂ ਵੀ ਜ਼ਿਆਦਾ ਸੁਣਿਆ ਗਿਆ ਸੀ ਹੈਨਾ ਤੇ ਦੇਖ ਲਓ ਵੀ ਕੀ ਮਤਲਬ ਹੈ ਨਾ ਬਣਾਇਆ ਕੀ ਰਸ਼ੀ ਵਾਲਿਆਂ ਨੇ ਪਤੰਦਰ ਦੇ ਰਸ਼ੀ ਵਾਲੇ ਯਾਰ ਜਦੋਂ ਕਰਾਉਂਦੇ ਆ ੱਤੇ ਹੀ ਕਰਾਉਂਦੇ ਆ ਹਨਾ ਭਈਆ ਚਲੋ ਅਮਰੀਕਾ ਦਾ ਚਲੋ ਨਾ ਆ ਆ ਪਰ ਜਿਹੜੇ ੱਤ ਕਰਾਈ ਰਸ਼ੀਆ ਜਰਮਨ ਨੇ ਉਹ ਤਾਂ ਬਾਈ ਕਹਿਰ ਹਨ ਨਰਾ ਕਹਿਰ ਐਸੇ ਜੀ ਤਸਾਰ ਬੰਬਾ ਉਹ ਜਿਹੜੇ ਅਮਰੀਕਾ ਨੇ ਸਿੱਟੇ ਸੀ ਫੈਟਮੈਨ ਤੇ ਦੂਜਾ ਉਹ ਤਾਂ ਦੇਖ ਸਕਦੇ ਹੋ ਛੋਟੇ ਛੋਟੇ ਸੀ ਇਹ ਦੇਖੋ ਹੋਰ ਦੱਸਣਾ ਤੁਹਾਨੂੰ ਨਵੀਂ ਖਬਰ ਹੋਰ ਆ ਗਈ ਜਿਹੜੀ ਅੱਜ ਕੱਲ੍ਹ ਚੱਲ ਰਿਆ ਪਲੇਨ ਆ ਇੱਕ ਦੁਨੀਆ ਦਾ ਬਹੁਤ ਮਸ਼ਹੂਰ ਆ ਬੰਬਰ ਪਲੇਨ ਆ B2 ਅਮਰੀਕਾ ਦਾ ਆ ਜੇ ਤੁਹਾਨੂੰ ਟਾਈਮ ਲੱਗਾ B2 ਬੰਬਰ ਭਰ ਕੇ ਇਹਦੀਆਂ ਵੀਡੀਓ ਦੇਖ ਲਓ YouTube ਤੇ ਜੋ ਵੀ ਜੇ ਤੁਹਾਡਾ ਟਾਈਮ ਲੱਗਾ ਜਾਂ ਤੁਹਾਡਾ ਇੱਧਰ ਧਿਆਨ ਹੈਗਾ ਨਹੀਂ ਵੈਸੇ ਤਾਂ ਕੋਈ ਨਹੀਂ ਹੈ ਨਾ ਹੋਰ ਕੁਝ ਬਹੁਤ ਦੇਖਣ ਵਾਲਾ ਤੇ B2 ਦੀ ਨਕਲ ਬਣਾਈ ਹੈ H20 ਚਾਈਨਾ ਨੇ ਇਹ ਹੁਣ ਕਹਿੰਦੇ ਬਾਰਡਰ ਤੇ ਹੁਣ ਗੇੜੇ ਮਾਰੇਗਾ ਪਤਾ ਕੀ ਗੱਲ ਆ ਭਾਰਤ ਤੇ ਚਾਈਨਾ ਤਾਂ ਸਾਨੂੰ ਲੱਗਦਾ ਵੀ ਇਹ ਠੰਡਾ ਪੈ ਗਿਆ ਆ ਅੰਦਰੋਂ ਅੰਦਰੀ ਬਹੁਤ ਕੁਝ ਹੋ ਰਿਹਾ ਪਤਾ ਨਹੀਂ ਕਦੋਂ ਜੰਬਾਲਾ ਮੁਕੀ ਮਤਲਬ ਹਨਾ ਵੀ ਹੌਲੀ 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 ਸੋ ਇੱਧਰ ਵੀ ਥੋੜਾ ਆਪਾਂ ਧਿਆਨ ਦਈਏ ਚਲੋ ਕਰਤਾ ਕੁਝ ਸਕਦੇ ਨਹੀਂ ਹੈ ਨਾ ਜੇ ਕੁਝ ਹੋ ਵੀ ਗਿਆ ਸੀ ਆਮ ਲੋਕ ਕਰ ਕੀ ਸਕਦੇ ਆ ਪਰ ਥੋੜਾ ਸਤਾਰਕਤਾ ਰਹੀਏ ਵੀ ਹੋ ਸਕਦਾ ਹਨਾ ਵੀ ਚਾਈਨਾ ਵਾਲੇ ਬੜੇ ਗੰਦੇ ਪਤੰਦਰ ਦੇ ਏ ਜੀ B2 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 ਮਾਰਕਾ ਦਾ ਬਾਲਡ ਜ ਮਸ਼ਹੂਰ ਆ ਹਨਾ ਬੰਬਰ ਪਈ ਪਹਿਲੇ ਨੰਬਰਾਂ ਚ ਪਲੇਨ ਹੁੰਦਾ ਤੇ ਇਹਦੀ ਨਕਲ ਆ ਬਣਾਈ ਉਹ ਚਾਈਨਾ ਨੇ H20 ਦੇਖੋ ਸੇਮ ਹੀ ਆ ਹਨਾ ਚੀਨ ਵਾਲੇ ਤੁਹਾਨੂੰ ਪਤਾ ਹੋਵੇ ਨਕਲ ਬਣਾਉਣ ਦੇ ਮਾਮਲੇ ਚ ਤਾਂ ਬਹਿਲੇ ਨੰਬਰਾਂ ਦੇ ਹੀ ਆ ਇੱਕੋ ਜਿਹਾ ਹੀ ਬਣਾਇਆ ਸਾਰਾ ਕੁਝ ਹਨਾ ਪਿਊ ਦੇ ਅੰਕੋ ਕੰਮ ਕਰਦਾ ਸ਼ੇਪ ਵੀ ਉਹਦੇ ਅਰਗੀ ਸਾਰਾ ਕੁਝ ਤੇ H20 ਹੁਣ ਬਾਰਡਰ ਤੇ ਇੰਡੀਆ ਦੇ ਤੇ ਕਹਿੰਦੇ ਗੇੜੇ ਮਾਰੇਗਾ ਤੇ ਬਾਕੀ ਤਾਂ ਹੀ ਕਹਿੰਨਾ ਟਵਿੱਟਰ ਤੇ ਮੈਨੂੰ ਇੰਦੀ ਜ ਸਵਾਲ ਨੂੰ ਕਰ ਲੋ ਫੋਲੋ ਤੇ ਟਵਿੱਟਰ ਬੜੀ ਵਧੀਆ ਹਨਾ ਏ ਇਹ ਜੀ ਇਹ ਕੌਣ ਆ ਮੈਂ ਤਸਵੀਰਾਂ ਕਈ ਪਾਈਆਂ ਹਨਾ 2-4 ਦਿਨ ਹੋ ਗਏ ਗਾਂਧੀ Nehru ਦੇ ਪਰਿਵਾਰ ਦੀਆਂ ਉਹ ਸਾਰੀਆਂ ਤਸਵੀਰਾਂ ਇਸਔਰਤ ਦੀਆਂ ਖਿੱਚੀਆਂ ਆ ਤੇ ਤੁਹਾਡੇ ਕੰਮ ਦੀ ਗੱਲ ਇਹ ਆ ਭਾਰਤ ਦੀ ਪਹਿਲੀ ਮੈਲਾ ਜਰਨਲਿਸਟ ਫੋਟੋਆਂ ਖਿੱਚਣ ਵਾਲੀ ਜਿਹੜੀ ਹੈ ਨਾ ਇਹ ਸੀ ਇਹਨਾਂ ਦੇ ਹੱਥ 'ਚ ਕੈਮਰਾ ਤੁਸੀਂ ਦੇਖ ਸਕਦੇ ਆ ਜਿੰਨੀਆਂ ਵੀ ਉਹ ਨਹਿਰੂ ਇੱਕ ਪਲੇਨ 'ਚ ਇੱਕ ਗੋਰੀ ਨੂੰ ਸਿਗਰਟ ਦਿੰਦਾ ਤੁਸੀਂ ਉਹ ਮੇਰੀਆਂ ਫੋਟੋਆਂ ਸਾਰੀਆਂ ਦੇਖ ਲਈਆਂ ਹਨਾ ਮੈਂ ਕਿਹਾ ਬਾਰ-ਬਾਰ ਕਹਾਨੂੰ ਰਿਪੀਟ ਕਰਨੀਆਂ ਨਹਿਰੂ ਗਾਂਧੀ ਹੁਣਾਂ ਦੀਆਂ ਜਿੰਨੀਆਂ ਵੀ ਤਸਵੀਰਾਂ ਸਾਰੀਆਂ ਹੋਮੇ ਬਰੀ ਵਾਲਾ ਇਦਾਂ ਦਾ ਇਹਨਾਂ ਦਾ ਕੁਛ ਨਾ ਇਹਨਾਂ ਨੇ ਖਿੱਚੀਆਂ ਭਾਰਤ ਦੀ ਪਹਿਲੀ ਮਹਿਲਾ ਪੱਤਰਕਾਰ ਸੀ ਹੈਨਾ ਫੋਟੋ ਜਰਨਲਿਸਟ ਵੀ ਹੈਨਾ ਇਹ ਸੀ ਜੀ ਸੋ ਮਤਲਬ ਤੇ ਇਹਨਾਂ ਦੀਆਂ ਸਾਰੀਆਂ ਖਿੱਚੀਆਂ ਹੋਈਆਂ ਤਸਵੀਰਾਂ ਉਹੀ ਮੇਰੇ ਦਿਲ 'ਚ ਆ ਜਾਂਦਾ ਵੀ ਯਾਰ ਤਸਵੀਰਾਂ ਤਾਂ ਲੇ ਦਿਖਾਤੀਆਂ ਵੀ ਖਿੱਚੀਆਂ ਗਈਆਂ ਨੇ ਹਨਾ ਮੈਂ ਮਤਲਬ ਵੀ ਬੰਦੇ ਦੇ ਦਿਮਾਗ 'ਚ ਇਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਆ ਤੇ ਤਾਂ ਭਰਾਵੋ ਬੜਾ ਔਖਾ ਲੱਭਿਆ ਇਹਨਾਂ ਨੂੰ ਵੀ ਹਨਾ ਗਾਂਧੀ ਨਹਿਰੂ ਦੀਆਂ ਜਿੰਨੀਆਂ ਤਸਵੀਰਾਂ 1913 'ਚ ਇਹਨਾਂ ਦਾ ਜਨਮ ਹੋਇਆ 30 'ਚ ਇਹ ਮਤਲਬ ਇਸੇ ਪੈਸ਼ਨ 'ਚ ਆ ਗਿਆ ਸੀ ਕੈਮਰਾ ਦੇਖੋ ਪੁਰਾਣੇ ਟਾਈਮਾਂ ਦੇ ਤੇ ਇੱਕ ਹੋਰ ਖਬਰ ਆਈ ਆ ਜੀ ਸਵਿਸ ਕੰਟਰੀ ਦੀ ਸਵਿਸ ਜਿੱਥੇ ਦੀਆਂ ਘੜੀਆਂ ਮਸ਼ਹੂਰ ਆ ਜਿੱਥੇ ਆਪਣਾ ਪੈਸਾ ਹਨ ਬਲੈਕ ਮਨੀ ਸਾਰੀ ਸਵਿਸ ਬੈਂਕ ਚ ਸਵਿਸ ਬੈਂਕ ਦੀ ਵੀ ਯਾਰ ਕਰੂੰਗਾ ਵੀਡੀਓ ਉੱਥੇ ਜੀ گاਵਾਂ ਨੂੰ ਉੱਤੋਂ ਥੱਲੇ ਲੈ ਕੇ ਜਾਇਆ ਜਾਂਦਾ ਉੱਥੇ ਹਨ ਮੇਲਾ ਜਿਆ ਹੁੰਦਾ ਇੱਕ ਤੇ ਇਹ ਗਾਂ ਵਿਚਾਰੀ ਤੇ ਥੋੜੀ ਸੱਟ ਲੱਗ ਗਈ ਸੀ ਤੇ ਸਪੈਸ਼ਲ ਹੈਲੀਕਾਪਟਰ ਮੰਗਾਇਆ ਜਿਹੜੇ ਬੰਦੇ ਦੀਆਂ ਗਾਵਾਂ ਸੀ ਤੇ ਹੈਲੀਕਾਪਟਰ ਦੇ ਨਾਲ ਗਾਂ ਨੂੰ ਥੱਲੇ ਨੂੰ ਲਿਆਇਆ ਗਿਆ ਹਨਾ ਦੇਖੋ ਇੱਕ ਗਾਂ ਦੇ ਲਈ ਹੈਲੀਕਾਪਟਰ ਤੇ ਖਰਚਾ ਕੀਤਾ ਬੰਦੇ ਨੇ ਇਹ ਕਹਿਣ ਦਾ ਮਤਲਬ ਇਹ ਦੇਸ਼ ਜਿਹੜੇ ਵੀ ਆ ਸਵੇਸੋਆ ਨਾਰਵੇ ਡੈਨਮਾਰਕ ਸਵੀਡਨ ਇਹ ਨਾਸਤਿਕ ਦੇਸ਼ ਆ ਦੁਨੀਆ ਦੇ ਸਭ ਤੋਂ ਵੱਡੇ ਨਾਸਤਿਕ ਦੇਸ਼ ਆ ਪਰ ਖੁਸ਼ਹਾਲ ਦੇਸ਼ ਵੀ ਖੁਸ਼ੀ ਵੀ ਨਾ ਦੇਖਾਂ ਜੀ ਆ ਪਤਾ ਨਹੀਂ ਭਰਾਵੋ ਕੀ ਸਿਸਟਮ ਆ ਤੇ ਉੱਥੇ ਹੀ ਇਹ ਤਾਂ ਪੈਸੇ ਮੈਂ ਅੱਗੇ ਵੀ ਦਿਖਾਈਓ ਆ ਸਾਲ 2 ਸਾਲ ਪਹਿਲਾਂ ਚਲੋ ਨਾਲ ਰਿਲੇਟ ਕਰ ਦਿੰਨੇ ਉਸੇ ਦੇਸ਼ ਚ ਹੀ ਗਾਵਾਂ ਦੇ ਤੁਸੀਂ ਦੇਖ ਸਕਦੇ ਆ ਗਾਵਾਂ ਦੇ ਢਿੱਡ ਚ ਹੋਲ ਕੀਤੇ ਹੋਏ ਆ ਪਿੰਡਾਂ ਦੇ ਹੋਲ ਕਰ ਦਵੇ ਭਰਾਵੋ ਸਾਡੀ ਤਾਂ ਕੋਈ ਮੱਝ ਗਾਈ ਮਾਰਦਾ ਜਾਂਦਾ ਸੀ ਪਤਾ ਨਹੀਂ ਆਟੇ 'ਚ ਕੁਝ ਪਾ ਗਏ ਹਨਾ ਮਤਲਬ ਸਾਡੇ ਤਾਂ ਪਸੂਰੀ ਲੋਕਾਂ ਮਸਲਾ ਆਈ ਅੱਗੇ ਹਨਾ ਭਈ ਇਦਾਂ ਫੇ ਢੱਕਣ ਪਿੰਡਾਂ 'ਚ ਲੋਕਾਂ ਨੇ ਕਿੱਥੋਂ ਰਹਿਣ ਦੇਣੇ ਸੀ ਢੱਕਣ ਲਾ ਦਿਆ ਕਰਨੇ ਸੀ ਕਹਣਾ ਮੀਂਹ ਦਾ ਪਾਣੀ ਪਰ ਜਦ ਮੀਂਹ ਆ ਗਈ ਲੋਕਾਂ ਨੇ ਆਪ ਹੀ ਬਾਲਟੀਆਂ ਭਰ ਕੇ ਗਾਂ ਦੇ ਢੱਡ ਪਾਣੀ ਨਾ ਭਰ ਕੇ ਮਾਰ ਦਿਆ ਕਰਨੀ ਸੀ ਇਦਾਂ ਦੇ ਤਾਂ ਲੋਕ ਆ ਹਨਾ ਅੱਜਕੱਲ ਭਈ ਸਾਡੇ ਨਾਲ ਤਾਂ ਹੋਈਆਂ ਆ ਯਾਰ ਤੇ ਮਤਲਬ ਇਹ ਕੰਟਰੀਆਂ 'ਚ ਲੋਕਾਂ ਦੀ ਸੋਚ ਹੋ ਰਿਹਾ ਹਨਾ ਤੇ ਦੇਖੋ ਜੀ ਭਈ ਮਤਲਬ ਇਹਦਾ ਪਾਦੇ ਕੀ ਆਈ ਦੇ ਹੋਲ ਦੇ ਪੀ ਗਾਂ ਨੇ ਖਾਦਾ ਕੀ ਪਲਾਸਟਿਕ ਤਾਂ ਨਹੀਂ ਖਾ ਲਈ 100 ਹਨਾ ਇਦਾਂ ਦੇ ਅਗਲੇ ਪ੍ਰਯੋਗ ਕਰਦੇ ਆ ਤੁਹਾਨੂੰ ਪਤਾ ਹੀ ਆ ਵੇ ਗੋਰਿਆਂ ਦਾ ਇਦਾਂ ਮਤਲਬ ਗਾਵਾਂ ਦੇ ਢਿੱਡਾਂ ਚ ਹੋਲ ਕੀਤੇ ਹੋ ਆ ਇਹਨਾਂ ਦੇ ਸਵਿਸ ਕੰਟਰੀ ਸੀ ਹਨਾ ਤੇ ਹੋਰ ਦਫਾਣ ਬਸ ਹੁਣ ਟੈਂਕਾਂ ਹਥਿਆਰਾਂ ਦੀਆਂ ਹੀ ਗੱਲਾਂ ਕੱਲ ਵੀ ਕੀਤੀ ਗਈ ਅੱਜ ਵੀ ਦਿਖਾ ਦਿੰਨੇ ਆ ਇਹ ਵੀ ਮੈਂ ਮਤਲਬ ਸਾਲក ਪਹਿਲਾਂ ਵੈਸੇ ਦਿਖਾਈਓ ਆ ਬਹੁਤਿਆਂ ਨੇ ਨਹੀਂ ਦੇਖੀ ਹੁਣੀ ਇਹ ਟੈਂਕ ਆ ਜੀ ਇੰਗਲੈਂਡ ਚ ਮੰਡੇਲਾ ਵੇ ਇਹਨੂੰ ਮੰਡੇਲਾ ਵੇ ਟੈਂਕ ਕਿਹਾ ਜਾਂਦਾ ਇਹਦਾ ਚੱਕਰ ਕੀ ਹੋਇਆ ਤੁਹਾਨੂੰ ਦਿਖਾਉਣਾ ਬੰਦਾ ਹੋਇਆ ਇੰਗਲੈਂਡ ਦਾ ਇੱਕ ਗੋਰੇ ਤੁਹਾਨੂੰ ਪਤਾ ਹੁੰਦੇ ਇਦਾਂ ਦੇ ਤੇ ਮੂੰਹ ਦੇਖੋ ਟੈਂਕ ਦਾ ਕਿੱਧਰ ਨੂੰ ਕੀਤਾ ਇਹਦੀ ਸਟੋਰੀ ਬੜੀ ਹੈ ਨਾ ਫਨੀ ਜੀ ਮਜ਼ਾਕੀ ਹੈ ਜੀ ਉਹ ਵੀ ਸੁਣਾ ਦਿੰਨਾ ਜਿਆਦਾ ਲੰਬੀ ਨਹੀਂ ਇਹ ਬੰਦੇ ਨੇ ਚੈੱਕ ਰਿਪਬਲਿਕ ਕੰਟਰੀ ਦਾ ਟੈਂਕ ਸੀ ਹੈ ਨਾ ਚੈੱਕ ਰਿਪਬਲਿਕ ਦਾ ਤੇ ਇਹ ਬੰਦੇ ਨੇ ਆਪਣੇ ਮੁੰਡੇ ਨੂੰ ਤੋਹਫਾ ਦਿੱਤਾ ਸੀ ਜਨਮ ਦਿਨ ਦਾ ਆਪਣੇ ਨਿਆਣੇ ਨੂੰ 7000 ਪਾਉਂਡ ਦਾ ਇਹਨੇ ਉਸ ਵੇਲੇ ਟੈਂਕੇ ਵਾਲਾ ਲਿਆ ਸੀ ਚੈੱਕ ਰਿਪਬਲਿਕ ਆਰਮੀ ਜਦੋਂ ਫਿਰ ਓਹ ਲੱਗ ਜਾਂਦੀ ਆ ਆਕਸ਼ਨ ਹਨਾ ਤੇ ਉੱਥੋਂ 7000 ਪਾਉਂਡ ਦਾ ਇਹ ਗੋਰੇ ਨੇ ਇੰਗਲੈਂਡੀਆ ਨੇ ਟੈਂਕ ਲਿਆ ਸੀ ਤੇ ਜਿਹੜਾ ਸਿਟੀ ਕਾਉਂਸਲ ਸੀ ਨੂੰ ਜਗ੍ਹਾ ਨਹੀਂ ਸੀ ਦਿੰਦੀ ਪਈ ਹਨਾ ਮਤਲਬ ਭਈ ਮਤਲਬ ਇਹਦੇ ਘਰ ਦਾ ਕੋਈ ਰਫੜ ਚੱਲਦਾ ਸੀ ਰੋਲਾ ਚੱਲਦਾ ਸੀ ਤੇ ਪਤੰਦਰ ਨੇ ਜਿਹੜਾ ਟੈਂਕਿਆ ਰੱਖਣ ਲਈ ਜਿਹੜੀ ਜਗ੍ਹਾ ਅਨੁਮਤੀ ਪਤਾ ਕਿੱਦਾਂ ਲਈ ਇਹਨੇ ਕਹਿਤਾ ਉੱਥੇ ਕਾਉਂਸਲ ਚ ਪੇਪਰ ਚ ਭਰਤਾ ਵੀ ਸੈਪਟਿਕ ਟੈਂਕ ਜਿਹੜੇ ਦੂਜੇ ਘਰਾਂ ਦੇ ਟੈਂਕ ਨਹੀਂ ਹੁੰਦੇ ਪਾਣੀ ਵਾਲੇ ਲਾ ਲੋ ਜੋ ਵੀ ਆ ਗੋਰਾਬੜਾ ਸਕੀਮ ਹੀ ਨਿਕਲਿਆ ਉਹਨੂੰ ਉਹ ਲਿਖ ਕੇ ਤੇ ਅਨੁਮਤੀ ਲੈ ਲਈ ਟੈਂਕ ਰੱਖਣ ਦੀ ਤੇ ਹੁਣ ਇਹ ਟੈਂਕ ਉੱਥੇ ਪਿਆ ਆ ਹੁਣ ਜੀ ਮੰਡੇਲਾ ਵੇ ਇੰਗਲੈਂਡ ਚ ਹਨਾ ਤੇ ਉੱਥੇ ਸ਼ਹਿਰ ਚ ਤੇ ਟੈਂਕ ਦਾ ਮੂੰਹ ਵੀ ਨੇ ਕਾਉਂਸਲ ਆਲ ਨੂੰ ਕਰਕੇ ਰੱਖਿਆ ਆ ਤੇ ਇੱਥੇ ਲੋਕ ਕੀ ਕਰਦੇ ਆ ਜਿੱਦਾਂ ਵੀ ਇਹਦੇ ਗ੍ਰਾਫਿਟੀ ਕਹਿੰਦੇ ਆ ਅੰਗਰੇਜ਼ੀ ਜੀ ਤੁਸੀਂ ਵੀ ਕਈ ਜਗ੍ਹਾ ਦੇਖਿਆ ਹੋਣਾ ਟ੍ਰੇਨਾਂ ਤੇ ਲਿਖਿਓ ਹੁੰਦੇ ਆ ਨਾ ਕਾਂ ਟੂਟੇਜ ਐ ਇਹ ਮਤਲਬ ਹਨਾ ਜਿਹਦਾ ਜੀ ਕਰਦਾ ਹਫਤੇ ਬਾਅਦ ਮਹੀਨੇ ਬਾਅਦ ਇਹਦਾ ਰੰਗ ਬਦਲ ਦਿੰਦਾ ਆ ਤੇ ਆਪਣੀ ਕਲਾਕਾਰੀ ਤੇ ਦਿਖਾ ਦਿੰਦੇ ਆ ਹਨਾ ਵੀਗ ਬਾਅਦ ਮਹੀਨੇ ਬਾਅਦ ਇਦਾਂ ਲੋਕ ਆਪਣੀ ਕਲਾਕਾਰੀ ਤੇ ਦਿਖਾਉਂਦੇ ਰਹਿੰਦੇ ਪਿਆ ਉੱਥੇ ਦਾ ਉੱਥੇ ਹੀ ਆ ਹਨਾ ਦੇਖ ਸਕਦਾ ਉਹ ਯਾਰਡ ਜੈ ਚ ਤੇ ਇਦਾਂ ਆ ਤੇ ਉਹਨੇ ਕਹਿੰਦਾ ਸਿਟੀ ਕਾਉਂਸਲ ਵਾਲ ਨੂੰ ਮੂੰਹ ਕੀਤਾ ਆ ਟੈਂਕ ਦਾ ਯਾਰ ਗੋਰੇ ਵੀ ਉੱਤੇ ਹੀ ਕਰਾ ਦਿੰਦੇ ਕਈ ਯਾਰ ਤੇ ਬਾਕੀ ਐਸੀ ਜੀ ਵੀਡੀਓ ਤੇ ਰੇਡੀਓ ਤੇ ਅੱਜ ਆਉਣਾ ਸੀ ਤੇ ਕੁਛ ਮੈਨੂੰ ਕੰਮ ਸੀ ਸੌਰੀ ਕੱਲ ਤੋਂ ਆਪਾਂ ਦਿੱਲੀ ਆਇਆ ਕਰਾਂਗੇ ਕੱਲ ਤੋਂ ਇਸ ਸਮੇਂ ਤੋਂ ਹੁਣ ਇੱਥੇ ਸਵੇਰ ਦੇ 9:00 ਵਜੇ 9 ਤੋਂ 12 ਹੁਣ ਜੋ ਵੀ ਤੁਹਾਡਾ ਸਮਾਂ ਆ ਕੱਲ ਦਾ ਨੋਟ ਕਰ ਲਓ ਕੱਲ ਨੂੰ ਰੇਡੀਓ ਤੇ ਮਿਲਦੇ ਇਸ ਸਮੇਂ ਤੇ ਆ ਵੀਡੀਓ ਸ਼ੇਅਰ ਕਰ ਦਿਓ ਜੀ ਸਾਰੇ ਪਾਸੇ ਤੇ ਪਤਾ ਲੱਗ ਜਵੇ ਫਿਰ ਬੰਬ ਕਿਹੜੇ ਆ ਤੇ ਕੌਣ ਸੱਟਦਾ ਅਸਲੀ ਹੈ ਨਾ ਨਿਗਾ ਨਿਗੇ ਆ ਕੁੱਕੜ ਬੰਬ ਤਾਂ ਡੇਲੀ ਹੋਈ ਹੁੰਦੇ ਆ ਸੋਵੇਂ ਉਹ ਗਾਣੇ ਦੀ ਵੀਡੀਓ ਨਹੀਂ ਕਰਨੀ ਐ ਵੀ ਹਨਾ ਗਾਣੂ ਮਤਲਬ ਹੈ ਕਈ ਜਿਆਦਾ ਹੈ ਡੀਪਲੀ ਹੈ ਨਾ ਐਵੇਂ ਕਹਨੂੰ ਬੈਰ ਪਾਉਣਾ ਲੋਕਾਂ ਨਾਲ ਸਾਰਿਆਂ ਨੂੰ ਪਤਾ ਲੱਗ ਗਿਆ ਕੀਦੇ ਭੇ ਭੇ ਕੇ ਛੱਤਰ ਮਾਰੇ ਆ ਤੇ ਬਾਕੀ ਹੱਸਦੇ ਰਹੋ ਬਸਦੇ ਰਹੋ ਕਰਦੇ ਹੋ ਸ਼ੇਅਰ ਗਰੁੱਪਾਂ 'ਚ ਤੇ ਆਪਣੀ ਐਪ ਤੁਹਾਨੂੰ ਲਿੰਕ ਦਿੱਤਾ ਹੀ ਸੀ ਵੀਡੀਓ ਤੇ ਵੀ ਲਿੰਕ ਪਾ ਦਿਨਾ ਹਿੰਦੀ ਰੇਡੀਓ ਦੀ ਐਂਡਰੋਇਡ ਦੀ ਐਪ ਸਾਰੇ ਡਾਊਨਲੋਡ ਕਰ ਲਓ ਜੀ ਤੇ ਇਦਾਂ ਹੀ ਤੇ ਕਰਦੇ ਹੋ ਸ਼ੇਅਰ ਤੇ ਤੁਹਾਡਾ ਆਪਣਾ ਹਿੰਦੀ 'ਚ ਸਵਾਲ ਪਿੰਡ não adiós